ਡਾਇਰੈਕਟਰ ਤੇ ਫਿਲਮ ਰਾਈਟਰ ਜਗਦੀਪ ਸਿੱਧੂ ਨੇ ਪੰਜਾਬੀ ਆਡੀਅੰਸ ਨੂੰ ਪੁੱਛੇ ਉਹਨਾਂ ਦੇ ਪੰਜਾਬੀ ਇੰਡਸਟਰੀ ਦੇ ਵਿੱਚੋਂ ਫੇਵਰੇਟ ਕਿਰਦਾਰ। ਜੀ ਹਾਂ, ਫਿਲਮਾਂ ਵਾਲੇ ਫੇਵਰੇਟ ਕਿਰਦਾਰ ਪੁੱਛੇ ਨੇ ਜਗਦੀਪ ਸਿੱਧੂ ਨੇ, ਤੇ ਉਹਨਾਂ ਦੇ ਫੈਨਸ ਨੇ ਆਨਸਰ ਵੀ ਦਿੱਤੇ ਨੇ, ਤੇ ਜਗਦੀਪ ਸਿੱਧੂ ਨੇ ਵੀ ਉਹਨਾਂ ਕਿਰਦਾਰਾਂ ਨੂੰ ਆਪਣੇ ਵਰਡਸ ਦੇ ਵਿੱਚ ਐਕਸਪਲੇਨ ਕੀਤਾ ਤੇ ਨਾਲ ਦੀ ਨਾਲ ਕਾਫੀ ਕੁਝ ਜਾਣਕਾਰੀ ਵੀ ਦਿੱਤੀ ਹੈ। ਸੋ ਸਭ ਤੋਂ ਪਹਿਲਾ ਕਿਰਦਾਰ ਆਉਂਦਾ ਹੈ ਸ਼ਾਂਤੀ ਦਾ, ਜੋ ਕਿ ਨਿਸ਼ਾ ਬਾਨੋ ਦੇ ਵੱਲੋਂ ਨਿਭਾਇਆ ਗਿਆ। ਤੇ ਦੱਸ ਦਈਏ ਕਿ ਸ਼ਾਂਤੀ ਦਾ ਕਿਰਦਾਰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ, ਤੇ ਇੱਕ ਫੈਨ ਉਸ ਦੇ ਬਾਰੇ ਲਿਖਦੇ ਨੇ ਕਿ ਸ਼ਾਂਤੀ ਦਾ ਕਿਰਦਾਰ ਉਹਨਾਂ ਦਾ ਪਸੰਦੀਦਾ ਕਿਰਦਾਰ ਹੈ, ਜਿਸ ਦੇ ਬਾਰੇ ਜਗਦੀਪ ਸਿੱਧੂ ਰਿਪਲਾਈ ਵੀ ਕਰਦੇ ਨੇ। ਇਸ ਕਿਰਦਾਰ ਨੂੰ ਨਿਸ਼ਾ ਬਾਨੋ ਦੇ ਵੱਲੋਂ ਪਲੇਅ ਕੀਤਾ ਗਿਆ ਤੇ ਅਸੀਂ ਉਹਨਾਂ ਦੀ ਤਸਵੀਰ ਵੀ ਦੇਖ ਸਕਦੇ ਹਾਂ। ਜਗਦੀਪ ਸਿੱਧੂ ਇਸ ਕਿਰਦਾਰ ਦੇ ਬਾਰੇ ਲਿਖਦੇ ਨੇ, ਜਦੋਂ ਮੈਂ ਸਟਰਗਲ ਕਰਦਾ ਸੀ ਪਾਪਾ ਨੇ ਜਿੱਦਣ ਜ਼ਿਆਦਾ ਪਿੱਛੇ ਪੈਣਾ ਵੀ ਕੀ ਕਰਦਾ ਤੂੰ, ਤਾਂ ਮੈਂ ਕਹਿਣਾ ਪਾਪਾ ਯਾਰ ਸ਼ਾਂਤੀ ਰੱਖੋ। ਉਹਨਾਂ ਦਿਨਾਂ 'ਚ ਸ਼ਾਂਤੀ ਸਾਡੇ ਕੰਮ ਵਾਲੀ ਸੀ, ਪਾਪਾ ਨੇ ਕਹਿਣਾ ਅਸੀਂ ਤਾਂ ਰੱਖਦੇ ਹਾਂ ਸ਼ਾਂਤੀ ਰਹਿੰਦੀ ਨਹੀਂ। ਸੋ ਇਹ ਸਾਰਾ ਟਰੈਕ ਉਹਨਾਂ ਦੀ ਇਸ ਗੱਲ ਤੋਂ ਬਣਿਆ। ਸੋ ਜਿਸ ਤੋਂ ਬਾਅਦ ਇੱਕ ਫੈਨ ਕਹਿੰਦੇ ਨੇ ਹਰਜੀਤਾ ਐਮੀ ਵਿਰਕ, ਇਸ ਦੇ ਲਈ ਜਗਦੀਪ ਸਿੱਧੂ ਲਿਖਦੇ ਨੇ ਕਿਆ ਹੀ ਮਿਹਨਤ ਕੀਤੀ ਸੀ ਐਮੀ ਨੇ ਇਸ ਕਰੈਕਟਰ ਲਈ, ਸਿਰਫ ਫਿਜ਼ੀਕਲੀ ਨਹੀਂ ਪਰਫਾਰਮੈਂਸ 'ਚ ਵੀ। ਇਸ ਫਿਲਮ 'ਚ ਐਮੀ ਨਹੀਂ ਦਿਸਦਾ, ਹਰਜੀਤਾ ਹੀ ਦਿਸਦਾ। ਮੋਹ ਜਿੰਨਾ ਹੀ ਅਫਸੋਸ ਹੈ ਇਸ ਫਿਲਮ ਦੇ ਵੀ ਨਾ ਚੱਲਣ ਦਾ। ਹਰ ਬੱਚੇ ਨੂੰ ਦਿਖਾਉਣ ਵਾਲੀ ਫਿਲਮ ਸੀ ਇਹ, 2 ਨੈਸ਼ਨਲ ਅਵਾਰਡ ਵਾਲੀ ਫਿਲਮ। ਇਸ ਤੋਂ ਬਾਅਦ ਇੱਕ ਫੈਨ ਲਿਖਦੇ ਨੇ ਤਰਸੇਮ ਇਨ ਸੁਫਨਾ, ਇਹ ਕਿਰਦਾਰ ਜਗਜੀਤ ਸਿੰਧੂ ਵੱਲੋਂ ਨਿਭਾਇਆ ਗਿਆ ਤੇ ਇਸ ਦੇ ਬਾਰੇ ਜਗਦੀਪ ਸਿੱਧੂ ਲਿਖਦੇ ਨੇ ਸਾਡੇ ਪਿੰਡਾਂ 'ਚ ਬਹੁਤ ਆਮ ਦੇਖਣ ਨੂੰ ਮਿਲਦਾ ਇਹ ਕਰੈਕਟਰ, ਪਹਿਲਾਂ ਕੋਈ ਹੋਰ ਐਕਟਰ ਕਰ ਰਿਹਾ ਸੀ ਸ਼ੂਟ ਤੋਂ ਇੱਕ ਦਿਨ ਪਹਿਲਾਂ, ਉਹਨਾਂ ਮਨਾ ਕਰਤਾ, ਫਿਰ ਲਾਸਟ ਟਾਈਮ ਤੇ ਆਇਆ ਜੱਗਾ ਬਾਈ ਤੇ ਬਹੁਤ ਸੋਹਣਾ ਨਿਭਾਇਆ ਇਹ ਕਿਰਦਾਰ। ਅੱਗੇ ਲਿਖਦੇ ਨੇ ਇੱਕ ਫੈਨ ਰਾਜਵੀਰ ਪਲੇਡ ਬਾਏ ਗੁਰਨਾਮ ਭੁੱਲਰ ਇਨ ਲੇਖ, ਇਸ ਦੇ ਲਈ ਜਗਦੀਪ ਸਿੱਧੂ ਲਿਖਦੇ ਨੇ ਕਿਆ ਹੀ ਡੈਡੀਕੇਸ਼ਨ ਨਾਲ ਰਾਜਵੀਰ ਦੀ ਸਕਿਨ 'ਚ ਵੜਿਆ ਗੁਰਨਾਮ, ਦੋਨੇ ਹੀ ਪਾਰਟ ਇੰਨੇ ਸੋਹਣੇ ਨਿਭਾਏ, ਇਸ ਫਿਲਮ ਤੋਂ ਬਾਅਦ ਹੋਰ ਵਧੀਆ ਫਿਲਮਾਂ ਡਿਜ਼ਰਵ ਕਰਦਾ ਸੀ ਬਾਈ। ਇੱਕ ਫੈਨ ਲਿਖਦੇ ਨੇ ਮੋਹ ਮੂਵੀ ਕਾ ਹੀਰੋ ਗੀਤਾਜ, ਜਿਸ ਤੋਂ ਬਾਅਦ ਜਗਦੀਪ ਸਿੱਧੂ ਲਿਖਦੇ ਨੇ ਰੱਬੀ ਪਰਫਾਰਮੈਂਸ ਨੀ ਮਿਰੇਕਲ ਹੀ ਸੀ, ਇਸ ਸ਼ਾਰਟ ਤੋਂ ਸਟਾਰਟ ਕੀਤਾ ਸੀ ਸ਼ੂਟ, ਫਿਰ ਪੂਰਾ ਸ਼ੂਟ ਰੱਬੀ ਹੀ ਸੀ ਸਾਡੇ ਨਾਲ, ਕਮਾਲ ਦੀ ਜਰਨੀ ਸੀ ਇਹ। ਇਸ ਤੋਂ ਬਾਅਦ ਇੱਕ ਫੈਨ ਲਿਖਦੇ ਨੇ ਪ੍ਰਿੰਸ ਕਵਲਜੀਤ ਸਿੰਘ ਵਾਰਨਿੰਗ, ਜਗਦੀਪ ਸਿੱਧੂ ਇਸ ਲਈ ਲਿਖਦੇ ਨੇ ਪਹਿਲੀ ਵਾਰ ਜੱਟ ਬੋਇਸ 'ਚ ਦੇਖਿਆ ਸੀ ਬਾਈ ਨੂੰ, ਉਦੋਂ ਤੋਂ ਹੀ ਵਧੀਆ ਲੱਗਦਾ ਬਾਈ ਦਾ ਕੰਮ ਤੇ ਇਸ ਚੀਜ਼ ਨੂੰ ਲੈ ਕੇ ਗੱਲ ਵੀ ਹੁੰਦੀ ਸੀ ਬਾਈ ਨਾਲ ਵੀ, ਕੋਈ ਗ੍ਰੇ ਜਿਹਾ ਕਰੈਕਟਰ ਚੇਂਜ ਲਿਆ ਸਕਦਾ ਬਾਈ ਦੀ ਲਾਈਫ 'ਚ, ਫਿਰ ਇੱਕ ਦਿਨ ਪੰਮਾ ਦੇਖਿਆ। ਇੱਕ ਫੈਨ ਲਿਖਦੇ ਨੇ ਬੋਥ ਤੇਗ ਫਰੋਮ ਸੁਪਨਾ, ਤੇ ਜਗਦੀਪ ਸਿੱਧੂ ਆਪਣੀ ਬੇਟੀ ਦੀ ਤਸਵੀਰ ਸਾਂਝਾ ਕਰਦੇ ਹੋਏ ਲਿਖਦੇ ਨੇ ਸ਼ੁਕਰ। ਇੱਕ ਫੈਨ ਨੇ ਧੰਨ ਕੌਰ ਦਾ ਕਿਰਦਾਰ ਲਿਖਿਆ, ਧੰਨ ਕੌਰ ਦੇ ਕਿਰਦਾਰ ਨੂੰ ਸਰਗੁਣ ਮਹਿਤਾ ਦੇ ਵੱਲੋਂ ਨਿਭਾਇਆ ਗਿਆ ਤੇ ਇਸ ਕਿਰਦਾਰ ਰਾਹੀਂ ਹੀ, ਇਸ ਫਿਲਮ ਰਾਹੀਂ ਹੀ ਸਰਗੁਣ ਮਹਿਤਾ ਨੇ ਪੰਜਾਬੀ ਫਿਲਮਾਂ 'ਚ ਐਂਟਰੀ ਕੀਤੀ ਸੀ। ਵੈਲ ਦੱਸ ਦਈਏ ਕਿ ਜਗਦੀਪ ਸਿੱਧੂ ਨੇ ਇਸ ਦੇ ਲਈ ਲਿਖਿਆ ਅੰਬਰ ਬਾਈ ਨੂੰ ਅੰਗਰੇਜ਼ ਲਿਖਦੇ ਦੇਖਿਆ ਸੀ, ਸੋ ਪਤਾ ਸੀ ਧੰਨ ਕੌਰ ਕੌਣ ਆ। ਜਦੋਂ ਪਤਾ ਲੱਗਿਆ ਕੋਈ ਸਰਗੁਣ ਮਹਿਤਾ ਇਹ ਪਲੇਅ ਕਰ ਰਹੀ ਆ ਤਾਂ ਗੂਗਲ ਕੀਤਾ, ਇਹ ਪਿਕਚਰ ਆਈ ਸਾਹਮਣੇ, ਉਦੋਂ ਲੱਗਿਆ ਸੀ ਇਹ ਕਿਵੇਂ ਕਰੂ ਧੰਨ ਕੌਰ, ਐਂਡ ਰੈਸਟ ਇਜ਼ ਹਿਸਟਰੀ। ਫਿਰ ਇੱਕ ਫੈਨ ਲਿਖਦੇ ਨੇ ਸ਼ੈਂਪੀ ਤੇ ਉਹਦਾ ਡੈਡੀ, ਇਸ ਦੇ ਲਈ ਜਗਦੀਪ ਸਿੱਧੂ ਲਿਖਦੇ ਨੇ ਜੱਗ ਨੂੰ ਹਸਾਉਣ ਨਾਲੋਂ ਵੱਡਾ ਕੋਈ ਕੰਮ ਨਹੀਂ, ਇਹ ਕਿਰਦਾਰ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ। ਇੱਕ ਫੈਨ ਲਿਖਦੇ ਨੇ ਭੱਲਾ ਸਾਹਿਬ ਤੇ ਬੀਨੂ ਢਿੱਲੋਂ ਫਰੋਮ ਕੈਰੀ ਔਨ ਜੱਟਾ ਫਸਟ ਪਾਰਟ, ਜਗਦੀਪ ਸਿੱਧੂ ਲਿਖਦੇ ਨੇ 2 ਓ ਤੇ 2 ਆ ਬੱਚੇ ਬੱਚੇ ਨੂੰ ਯਾਦ ਆ। ਇਸ ਤੋਂ ਇਲਾਵਾ ਇੱਕ ਫੈਨ ਲਿਖਦੇ ਨੇ ਜਿੰਮੀ ਸ਼ੇਰਗਿੱਲ ਇਨ ਐਂਡ ਐਸ ਰਾਜਵੀਰ ਇਨ ਮੇਲ ਕਰਾ ਦੇ ਰੱਬਾ, ਜਿੰਮੀ ਸ਼ੇਰਗਿੱਲ ਬਾਈ ਦਾ ਪੋਟੈਂਸ਼ੀਅਲ ਬਹੁਤ ਹੀ ਘੱਟ ਪੰਜਾਬੀ ਫਿਲਮਾਂ 'ਚ ਸਾਹਮਣੇ ਆਇਆ ਹੈ, ਰਾਜਵੀਰ ਉਹਨਾਂ ਵਿੱਚੋਂ ਬੈਸਟ ਆ। ਇੱਕ ਫੈਨ ਲਿਖਦੇ ਨੇ ਕੁਲਵਿੰਦਰ ਮਿੰਟੂ ਕਾਪਾ ਇਨ ਸੁਫਨਾ, ਜਿਸ ਦੇ ਲਈ ਜਗਦੀਪ ਸਿੱਧੂ ਲਿਖਦੇ ਨੇ ਬਹੁਤ ਔਖਾ ਲੱਭਿਆ ਸੀ ਸੁਫਨਾ ਦਾ ਕੁਲਵਿੰਦਰ, ਪਰ ਪਹਿਲਾ ਸ਼ਾਰਟ ਹੁੰਦੇ ਹੀ ਮੈਂ ਐਮੀ ਨੂੰ ਮੈਸੇਜ ਕੀਤਾ ਸੀ ਵੀ ਗੱਲ ਬਣ ਗਈ। ਇੱਕ ਫੈਨ ਲਿਖਦੇ ਨੇ ਕਸ਼ਮੀਰ ਫਰੋਮ ਗੁੱਡੀਆਂ ਪਟੋਲੇ, ਵੈਲ ਇਸ ਦੇ ਲਈ ਜਗਦੀਪ ਸਿੱਧੂ ਲਿਖਦੇ ਨੇ ਇਸ ਕਰੈਕਟਰ ਨੇ ਪੰਜਾਬੀ ਇੰਡਸਟਰੀ 'ਚ ਫੀਮੇਲ ਓਰੀਐਂਟਡ ਫਿਲਮਾਂ ਦੇ ਰਾਹ ਖੋਲ੍ਹੇ। ਇੱਕ ਫੈਨ ਲਿਖਦੇ ਨੇ ਜੱਟ ਜੇਮਸ ਬੌਂਡ ਗਿੱਪੀ ਬਾਈ ਦਾ, ਜਿਸ ਦੇ ਲਈ ਜਗਦੀਪ ਸਿੱਧੂ ਲਿਖਦੇ ਨੇ ਬਹੁਤ ਸੋਹਣਾ ਕਿਰਦਾਰ, ਜਿੰਨਾ ਸੋਹਣਾ ਲਿਖਿਆ ਗਿਆ ਉਨਾ ਸੋਹਣਾ ਨਿਭਾਇਆ ਗਿਆ, ਗਿੱਪੀ ਬਾਈ ਦੀਆਂ ਫਿਲਮਾਂ 'ਚੋਂ ਸਭ ਤੋਂ ਵੱਧ ਪਸੰਦ ਆ ਮੈਨੂੰ ਆ ਫਿਲਮ। ਇੱਕ ਫੈਨ ਲਿਖਦੇ ਨੇ ਸਾਵਨ ਨਿੱਕਾ ਜ਼ੈਲਦਾਰ 2 ਤੇ ਵਾਮਿਕਾ ਗੱਬੀ ਦੀ ਤਸਵੀਰ ਸਾਂਝੇ ਕਰਦਿਆਂ ਹੋਇਆਂ ਜਗਦੀਪ ਸਿੱਧੂ ਲਿਖਦੇ ਨੇ ਲਾਸਟ ਸੀਨ ਵਾਮਿਕਾ ਦਾ ਇਸ ਫਿਲਮ 'ਚ। ਸੋ ਇਹਨਾਂ ਕਿਰਦਾਰਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟਸ 'ਚ ਜ਼ਰੂਰ ਦੱਸਣਾ। ਧੰਨਵਾਦ।